ਪਹਿਲਾਂ ਤਾਂ ਤੁਹਾਡੀ ਟੀਮ ਦਾ ਸਾਡੇ ਇੱਥੇ ਨਗਰ ਅਤੇ ਗ੍ਰਹਿ ਵਿਖੇ ਪਹੁੰਚਣ, ਤਰਭੇੜੀ ਪਿੰਡ ਦੇ ਵਿੱਚ ਪਹੁੰਚਣ 'ਤੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ। ਉਸ ਤੋਂ ਬਾਅਦ ਕੋਟ ਕੋਟ ਸ਼ੁਕਰਾਨਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਅੱਗੇ ਖੜ੍ਹ ਕੇ ਮੈਂ ਪਿਛਲੇ 2.5-3 ਸਾਲਾਂ ਤੋਂ ਅਰਦਾਸਾਂ ਕਰਦਾ ਆ ਰਿਹਾ ਸੀਗਾ ਕਿ ਇਹ ਪਰਮਾਤਮਾ ਸੱਚੇ ਪਾਤਸ਼ਾਹ ਵੀ ਜਿੱਦਣ ਵੀ ਇਹ ਸਰਪੰਚੀ ਦੀ ਚੋਣ ਸਾਡੇ ਨਗਰ 'ਚ ਆਵੇ ਤਾਂ ਸਰਬਸੰਮਤੀ ਨਾਲ ਹੀ ਜਿਹਨੂੰ ਵੀ ਮੈਂਬਰ ਚੁਣਿਆ ਜਾਂ ਸਰਪੰਚ ਚੁਣਿਆ ਜਾਵੇ ਉਹ ਸਰਬਸੰਮਤੀ ਨਾਲ ਹੀ ਚੁਣਿਆ ਜਾਵੇ। ਕਿਉਂਕਿ ਜੇ ਆਪਾਂ ਮੈਂਬਰਾਂ ਦੀ ਵੀ ਚੋਣ ਕਰਵਾਉਂਦੇ ਹਾਂ, ਸਰਪੰਚੀ ਦੀ ਕਰਵਾਉਂਦੇ ਹਾਂ, ਅਤੇ ਵਾਰਡਾਂ ਦੇ ਵਿੱਚ ਕੀ ਆਪਾਂ ਦੂਜੇ ਨਾਲ ਮੋਟ ਮਟਾਵ ਵੀ ਅੱਡ ਅੱਡ ਮੈਂਬਰ ਘਰ ਥੋੜ੍ਹੇ ਜਿਹੇ ਹੁੰਦੇ ਨੇ, ਇੱਕ ਵਾਰਡ ਦੇ ਵਿੱਚ ਤਕਰੀਬਨ 90-95 ਤੋਂ ਲੈ ਕੇ 100-125 ਵੋਟ ਤੱਕ ਹੁੰਦੀ ਹੈ, ਤਾਂ ਉਹਦੇ 'ਚ ਕੀ ਹੁੰਦਾ ਕਿ ਅੱਡ ਅੱਡ ਅਲੱਗ ਅਲੱਗ ਘਰਾਂ ਦੇ 2 ਵੋਟਾਂ ਭਰਾਵਾਂ ਦੀਆਂ ਕਿਤੇ, 2 ਭਰਾਵਾਂ ਦੀਆਂ ਕਿਤੇ, ਅਤੇ ਉਹ ਮੋਟ ਮਟਾਵ ਹੋ ਜਾਂਦਾ ਵੀ ਮੈਨੂੰ ਨਹੀਂ ਪਾਈ ਅਤੇ ਤੈਨੂੰ ਨਹੀਂ ਪਾਈ। ਇਸ ਚੀਜ਼ ਨੂੰ ਸਾਡੇ ਨਗਰ ਨੇ ਬਹੁਤ ਹੀ ਨਜ਼ਦੀਕੀ ਨੂੰ ਜਾਣ ਕੇ ਅਤੇ ਸਾਰੇ ਨਗਰ ਨੇ ਸਰਬਸੰਮਤੀ ਨਾਲ ਮੈਨੂੰ ਸਰਪੰਚ ਚੁਣਿਆ। ਤੁਹਾਡੇ ਮਨ 'ਚ ਕੀ ਇੱਛਾ, ਕੀ ਕੰਮ ਪਿੰਡ ਦੇ ਤੁਹਾਨੂੰ ਤੋਂ ਇੰਨੇ, ਤੁਸੀਂ ਨੌਜਵਾਨ ਹੋ, ਫਿਰਦੇ ਹੋ ਪਿੰਡ 'ਚ, ਹੋਰ ਵੀ ਦੇਖਦੇ ਹੋ, ਕੀ ਕਰਨਾ ਚਾਹੁੰਦੇ ਹੋ? ਮੇਰੀ ਸੋਚ ਤਾਂ ਇਹੀ ਹੈ ਜੀ, ਸਭ ਤੋਂ ਪਹਿਲਾਂ ਸੋਚ ਇਹੀ ਸੀ ਕਿ ਨਗਰ ਇਕੱਠਾ ਰਹੇ, ਕਿਉਂਕਿ ਬਾਅਦ ਦੇ ਵਿੱਚ ਕਿ ਰੋਸੇ ਹੋ ਜਾਂਦੇ ਨੇ ਜਦੋਂ ਵੀ 2-2, 2.5-2.5 ਸਾਲ ਇੱਕ ਦੂਜੇ ਨਾਲ ਬੋਲਿਆ ਨਹੀਂ ਜਾਂਦਾ, ਅਤੇ ਜਦੋਂ ਬੋਲਣ ਦਾ ਟਾਈਮ ਆਉਂਦਾ ਉਨੇ ਚਿਰ ਨੂੰ ਫਿਰ ਵੋਟਾਂ ਆ ਜਾਂਦੀਆਂ ਨੇ। ਅਤੇ ਮੈਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਣ ਦਾ ਕਾਰਨ ਅਤੇ ਇਹਨਾਂ ਬਜ਼ੁਰਗਾਂ ਦੇ ਨਾਲ ਮੈਂ ਰਲ ਮਿਲ ਕੇ ਜਿੰਨੇ ਵੀ ਨਗਰ ਦੇ ਵਿਕਾਸ ਦੇ ਕੰਮ ਨੇ ਮੈਂ ਇਹਨਾਂ ਤੋਂ ਪੁੱਛ ਕੇ ਇਹਨਾਂ ਨੂੰ ਨਾਲ ਲੈ ਕੇ ਚੱਲਾਂਗਾ, ਇਹ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ। ਤੁਸੀਂ ਮੈਂਬਰ ਚੁਣੇ ਗਏ ਹੋ? ਜੀ ਸਰ। ਤੁਹਾਡਾ ਕੀ ਕਹਿਣਾ, ਤੁਹਾਡੇ ਮਨ 'ਚ ਕੀ ਹੈ? ਮਤਲਬ ਪਿੰਡ ਦੇ ਪਹਿਲਾਂ ਤਾਂ ਜੀ ਅਸੀਂ ਵਰਿੰਦਰ ਸਿੰਘ ਨੂੰ ਵਧਾਈ ਦਿੰਦੇ ਹਾਂ ਅਤੇ ਤੁਹਾਡੀ ਟੀਮ ਨੂੰ ਵਧਾਈ ਦਿੰਦੇ ਹਾਂ। ਅਸੀਂ ਸਾਰੇ ਰਲ ਮਿਲ ਕੇ ਜਿੰਨੀ ਵੀ ਪੰਚਾਇਤ ਚੁਣੀ ਗਈ ਅਸੀਂ ਵਧੀਆ ਕੰਮ ਕਰਾਂਗੇ ਅਤੇ ਪਿੰਡ ਦਾ ਵਿਕਾਸ ਕਰਾਂਗੇ। ਅਸੀਂ ਸਾਰੇ ਨਗਰ ਦੀ ਪੰਚਾਇਤ ਅਤੇ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰਿਆਂ ਰਲ ਮਿਲ ਕੇ ਇਸ ਸਹਿਮਤੀ ਕੀਤੀ। ਪਹਿਲਾਂ ਤਾਂ ਮੈਂ ਜੀ ਆਪਣੇ ਪੰਚਾਇਤ ਵੱਲੋਂ ਵਰਿੰਦਰ ਸਿੰਘ ਨੂੰ ਵਧਾਈਆਂ ਦੇਣਾ ਕਿ ਜਿਹੜੀ ਸਾਡੀ ਪਿਛਲੀ ਪੰਚਾਇਤ ਸੀ ਉਹ ਵੀ ਸਾਡੀ ਹੋਈ ਸੀ ਅਤੇ ਇਹ ਵੀ ਸਾਡੀ ਹੈ, ਅਤੇ ਉਹਦੀਆਂ ਮੈਂ ਪੂਰੀ ਪੰਚਾਇਤ ਵੱਲੋਂ ਨਵੀਂ ਪੰਚਾਇਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈਆਂ ਦੇਣਾ। ਬਾਕੀ ਇਹ ਮੈਂ ਵਰਿੰਦਰ ਸਿੰਘ ਨੂੰ ਇਹ ਕਹਿੰਦਾ ਵੀ ਅਸੀਂ ਤੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ, ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਦਿਨ ਰਾਤ ਤੇਰੇ ਨਾਲ ਹਾਜ਼ਰ ਹਾਂ। ਦੂਜਾ ਕੋਟ ਕੋਟ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕੀਤੀ, ਕਿਉਂਕਿ ਪਿੰਡ ਦੇ ਵਿੱਚ ਅਗਰ ਇੱਕ ਵੀ ਵੋਟਰ ਖੜ ਜੇ, ਇੱਕ ਵੀ ਵੋਟਰ ਇਹ ਗੱਲ ਕਹਿ ਦੇ ਕਿ ਸਾਨੂੰ ਇਹ ਸਹਿਮਤੀ ਮਨਜ਼ੂਰ ਨਹੀਂ, ਤਾਂ ਸਹਿਮਤੀ ਨਹੀਂ ਹੋ ਸਕਦੀ। ਮੈਂ ਇਸ ਗੱਲ 'ਤੇ ਪੂਰੇ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਡੀ ਗੱਲ ਮੰਨੀ, ਅਤੇ ਸਰਦਾਰ ਜਰਨੈਲ ਸਿੰਘ ਜੋ ਕੈਂਡੀਡੇਟ ਤੌਰ 'ਤੇ ਖੜ੍ਹੇ ਸੀ, ਅਸੀਂ ਇਹਨਾਂ ਨੂੰ ਬੇਨਤੀ ਕੀਤੀ, ਪੂਰੇ ਨਗਰ ਨੇ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ। ਅਸੀਂ ਤਹਿ ਦਿਲ ਤੋਂ ਸਰਦਾਰ ਜਰਨੈਲ ਸਿੰਘ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਕਾਗਜ਼ ਕੱਲ੍ਹ ਵਾਪਸ ਲਿਆ ਅਤੇ ਸਾਡੇ ਨਗਰ ਦੀ ਸਰਬਸੰਮਤੀ ਹੋਈ ਹੈ, ਕਿਉਂਕਿ ਭਾਈਚਾਰਾ ਜਿਹੜਾ ਨਾ ਉਹ ਉੱਪਰ ਹੈ ਅਤੇ ਬਾਕੀ ਅਹੁਦੇ ਸਾਰੇ ਥੱਲੇ ਨੇ। ਅਗਰ ਭਾਈਚਾਰਾ ਨਾਲ, ਭਰਾ ਨਾਲ ਨੇ, ਭਰਾਵਾਂ ਨਾਲ ਹੀ ਬੰਦਾ ਵੱਡਾ ਹੁੰਦਾ ਹੈ।